ਕਹਿੰਦੇ ਨੇ ਵਾਅਦੇ ਟੁੱਟ ਜਾਂਦੇ ਨੇ ਪਰ ਕੋਸ਼ਿਸ਼ਾਂ ਅਕਸਰ ਕਾਮਯਾਬ ਹੁੰਦੀਆਂ। ਕਹਿਣ ਦਾ ਭਾਵ ਇਹ ਹੈ ਕਿ ਕੋਸ਼ਿਸ਼ਾਂ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਭਾਵੇਂ ਉਹ ਪੂਰੀਆਂ ਹੋਣ ਜਾਂ ਨਹੀਂ। ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ ਕੁਝ ਅਜਿਹਾ ਹੀ ਦੌਰ ਚੱਲ ਰਿਹਾ ਹੈ ਜਿਸ ਕੜੀ ਦੇ ਵਿੱਚ ਨੀਰੂ ਬਾਜਵਾ ਐਂਟਰਟੇਨਮੈਂਟਸ ਅਤੇ ਸ਼੍ਰੀ ਨਰੋਤਮ ਜੀ ਫਿਲਮਸ ਲੈ ਕੇ ਆਏ ਨੇ ਸਮਾਜ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਮੁੰਡਾ ਹੀ ਚਾਹੀਦਾ। ਇਸ ਫਿਲਮ ਦੇ ਵਿੱਚ ਹਰੀਸ਼ ਵਰਮਾ ਅਤੇ ਰੁਬੀਨਾ ਬਾਜਵਾ ਮੁੱਖ ਕਿਰਦਾਰ ਨਿਭਾ ਰਹੇ ਨੇ। ਜਿਸ ਫਿਲਮ ਨੂੰ ਡਾਇਰੈਕਟ ਕੀਤਾ ਸੰਤੋਸ਼ ਠੀਠੇ ਅਤੇ ਦੀਪਕ ਥਾਪਰ ਨੇ। ਸਭ ਤੋਂ ਪਹਿਲਾਂ ਤਾਂ ਇਸ ਕੀਤੀ ਗਈ ਕੋਸ਼ਿਸ਼ ਨੂੰ ਅਸੀਂ ਅਪਰੀਸ਼ੀਏਟ ਕਰਦੇ ਹਾਂ ਕਿ ਐਸੇ ਮੁੱਦੇ 'ਤੇ ਇੱਕ ਫਿਲਮ ਬਣਾਈ ਗਈ ਅਤੇ ਹੁਣ ਇਹ ਕੋਸ਼ਿਸ਼ ਕਿੰਨੀ ਸਫਲ ਹੋ ਪਾਈ ਹੈ ਉਸ ਦੇ ਬਾਰੇ ਹੀ ਇਸ ਮੂਵੀ ਰਿਵਿਊ ਦੇ ਵਿੱਚ ਗੱਲ ਕਰਾਂਗੇ। ਮੁੰਡਾ ਹੀ ਚਾਹੀਦਾ ਫਿਲਮ ਦੀ ਕਹਾਣੀ ਇੱਕ ਮਿਡਲ ਕਲਾਸ ਪਰਿਵਾਰ ਦੀ ਹੈ ਜਿਸ ਵਿੱਚ ਦਾਦੀ ਸੱਸ ਆਪਣੀ ਨੂੰ ਰੁਬੀਨਾ ਬਾਜਵਾ ਤੋਂ ਮੁੰਡਾ ਹੀ ਚਾਹੀਦਾ ਦੀ ਰੱਟ ਲਗਾਈ ਬੈਠੀ ਹੈ ਅਤੇ ਇਸੇ ਚੱਕਰ ਦੇ ਵਿੱਚ ਉਸਨੂੰ ਹਰ ਵੇਲੇ ਮੇਣੇ ਮਾਰਦੀ ਰਹਿੰਦੀ ਹੈ ਅਤੇ ਇੱਕ ਹੋਰ ਕੋਸ਼ਿਸ਼ ਯਾਨੀ ਕਿ ਇੱਕ ਹੋਰ ਬੱਚਾ ਜੰਮਣ ਨੂੰ ਕਹਿੰਦੀ ਹੈ ਜਿੱਥੇ ਪਹਿਲੇ ਹੀ ਦੋ ਕੁੜੀਆਂ ਨੇ। ਹੁਣ ਇਹ ਫਿਲਮ ਇੱਕ ਜਸਟੀਫਾਈ ਐਂਡਿੰਗ ਤੱਕ ਕਿਵੇਂ ਜਾਏਗੀ ਅਤੇ ਕੀ ਸੀਖ ਦੇਵੇਗੀ, ਨਾਲੇ ਮੁੰਡੇ ਦੀ ਕੋਸ਼ਿਸ਼ ਪੂਰੀ ਹੁੰਦੀ ਹੈ ਜਾਂ ਨਹੀਂ, ਇਸ ਦੇ ਆਲੇ ਦੁਆਲੇ ਹੀ ਸਾਰੀ ਕਹਾਣੀ ਘੁੰਮਦੀ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਹਰੀਸ਼ ਵਰਮਾ ਇੱਕ ਚੰਗੇ ਐਕਟਰ ਨੇ ਜਿਨ੍ਹਾਂ ਨੇ ਆਪਣਾ ਕਿਰਦਾਰ ਇਸ ਫਿਲਮ ਦੇ ਵਿੱਚ ਬਖੂਬੀ ਦਰਸਾਇਆ ਅਤੇ ਉਹੀ ਨੇ ਜਿਨ੍ਹਾਂ ਨੇ ਥਰੂ ਆਊਟ ਇਸ ਫਿਲਮ ਦੇ ਵਿੱਚ ਦਰਸ਼ਕਾਂ ਦਾ ਮਨ ਲਗਾਏ ਰੱਖਿਆ ਅਤੇ ਉਹਨਾਂ ਦੀ ਐਕਟਿੰਗ ਕੇਪੇਬਿਲਿਟੀਜ਼ ਦੇਖਦੇ ਹੋਏ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਫਿਲਮ ਦੇ ਡਾਇਰੈਕਟਰ ਉਹਨਾਂ ਤੋਂ ਹੋਰ ਵੀ ਬਹੁਤ ਕੁਝ ਕਰਵਾ ਸਕਦੇ ਸੀ। ਅਤੇ ਗੱਲ ਕਰੀਏ ਰੁਬੀਨਾ ਬਾਜਵਾ ਦੀ ਤਾਂ ਉਸ ਫਿਲਮ ਦੇ ਵਿੱਚ ਬਹੁਤ ਹੀ ਘੱਟ ਨਜ਼ਰ ਆਏ ਅਤੇ ਇਹਨਾਂ ਤੋਂ ਇਲਾਵਾ ਹਰੀਸ਼ ਵਰਮਾ ਦੇ ਦੋਸਤ ਦਾ ਕਿਰਦਾਰ ਨਿਭਾਉਣ ਵਾਲੇ ਹਨੀ ਮੱਟੂ ਦਾ ਕੰਮ ਵੀ ਕਾਬਿਲੇ ਤਾਰੀਫ ਸੀ ਅਤੇ ਉਹਨਾਂ ਤੋਂ ਇਲਾਵਾ ਦਾਦੀ ਸੱਸ ਦਾ ਕਿਰਦਾਰ ਨਿਭਾਉਣ ਵਾਲੇ ਰਜਿੰਦਰ ਕੌਰ ਨੇ ਵੀ ਆਪਣਾ ਕੰਮ ਬਖੂਬੀ ਨਿਭਾਇਆ। ਇਸ ਫਿਲਮ ਦੀ ਵਧੀਆ ਗੱਲ ਇਹ ਹੈ ਕਿ ਇਹ ਇੱਕ ਵੱਡੇ ਮੁੱਦੇ 'ਤੇ ਬਣਾਈ ਗਈ ਹੈ ਅਤੇ ਕੁਝ ਅਜਿਹੇ ਸੀਨਸ ਨੇ ਇਸ ਫਿਲਮ ਦੇ ਵਿੱਚ ਜੋ ਕਿ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਵੀ ਲਿਆ ਸਕਦੇ ਨੇ। ਜਿਸ ਹਿਸਾਬ ਦੇ ਨਾਲ ਮਿਡਲ ਕਲਾਸ ਫੈਮਿਲੀਜ਼ ਦੀ ਛੋਟੀਆਂ ਛੋਟੀਆਂ ਗੱਲਾਂ ਨੂੰ ਫਿਲਮੀ ਪਰਦੇ 'ਤੇ ਦਿਖਾਇਆ ਗਿਆ ਉਹ ਕਾਬਿਲੇ ਤਾਰੀਫ ਹੈ। ਜਿਵੇਂ ਕਿ ਇੱਕ ਔਰਤ ਦੀ ਚਾਲ ਦੇ ਕੇ ਇਹ ਦੱਸਣਾ ਕਿ ਮੁੰਡਾ ਹੋਊਗਾ ਜਾਂ ਕੁੜੀ, ਇੱਕ ਕੁੜੀ ਨੂੰ ਮੁੰਡੇ ਦੇ ਕੱਪੜੇ ਪਵਾਉਣਾ ਤਾਂ ਕਿ ਉਹ ਮੁੰਡਿਆਂ ਵਰਗੀ ਲੱਗੇ, ਗਲੀ ਦੇ ਵਿੱਚ ਇੱਕ ਦੂਜੇ ਨੂੰ ਮੇਣੇ ਮਾਰਨਾ, ਇੱਕ ਦੂਜੇ ਨੂੰ ਟਿਚਰਾਂ ਕਰਨੀਆਂ, ਅਤੇ ਨਾਲ ਹੀ ਇਸ ਫਿਲਮ ਦੇ ਵਿੱਚ ਇੱਕ ਰੈਸਟ ਕਰਨ ਵਾਲਾ ਡਾਇਲੋਗ ਵੀ ਹੈ ਜਿਸ ਨੂੰ ਤੁਸੀਂ ਦੇਖ ਕੇ ਜ਼ਿਆਦਾ ਸਮਝੋਗੇ। ਅਤੇ ਇਸ ਦੇ ਨਾਲ ਇਸ ਫਿਲਮ ਦੇ ਵਿੱਚ ਅੰਧ ਵਿਸ਼ਵਾਸ ਦੀ ਵੀ ਗੱਲ ਕੀਤੀ ਗਈ ਹੈ ਜਿਸ ਨੂੰ ਦੇਖ ਕੇ ਇੱਕ ਵਾਰ ਇਨਸਾਨ ਇਹ ਸੋਚਣ 'ਤੇ ਮਜਬੂਰ ਜ਼ਰੂਰ ਹੋ ਜਾਂਦਾ ਹੈ ਕਿ ਅੱਜ ਵੀ ਅਸੀਂ ਇਹਨਾਂ ਗੱਲਾਂ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਅਤੇ ਅੱਜ ਵੀ ਇਹ ਗੱਲਾਂ ਪਰਿਵਾਰਾਂ ਦੇ ਵਿੱਚ ਹੁੰਦੀਆਂ ਨੇ। ਫਿਲਮ ਦਾ ਥੋਟ ਪ੍ਰੋਸੈਸ ਤਾਂ ਚੰਗਾ ਹੈ ਪਰ ਉਹਨੇ ਚੰਗੇ ਤਰੀਕੇ ਦੇ ਨਾਲ ਪਰਦੇ 'ਤੇ ਨਹੀਂ ਉਤਰ ਪਾਇਆ ਜਿਹਦਾ ਕਾਰਨ ਹੈ ਕਮਜ਼ੋਰ ਸਕਰੀਨ ਪਲੇ। ਆਰਟਿਸਟ ਦੀ ਇਮੋਸ਼ਨਲ ਜਰਨੀ ਕਿਤੇ ਨਾ ਕਿਤੇ ਟੁੱਟਦੀ ਹੈ ਅਤੇ ਕਮਜ਼ੋਰ ਵੀ ਪੈਂਦੀ ਹੈ ਜਿਹਦੇ ਕਰਕੇ ਦਰਸ਼ਕ ਇਮੋਸ਼ਨਲੀ ਕਨੈਕਟ ਨਹੀਂ ਹੋ ਪਾਏ। ਕਹਿੰਦੇ ਨੇ ਸਿਨੇਮਾ ਸਮਾਜ ਦਾ ਪਰਛਾਵਾਂ ਹੁੰਦਾ ਅਤੇ ਟ੍ਰੇਲਰ ਇੱਕ ਫਿਲਮ ਦਾ ਜਿਸ ਤੋਂ ਫਿਲਮ ਦੀ ਕਹਾਣੀ ਦਾ ਅੰਦਾਜ਼ਾ ਲਗਾਇਆ ਜਾਂਦਾ, ਪਰ ਮੁੰਡਾ ਹੀ ਚਾਹੀਦਾ ਫਿਲਮ ਦੀ ਕਹਾਣੀ ਟ੍ਰੇਲਰ ਤੋਂ ਲਗਾਏ ਅੰਦਾਜ਼ਿਆਂ ਤੋਂ ਕਾਫੀ ਵੱਖ ਹੈ ਜਿਸ ਤੋਂ ਕਈ ਲੋਕ ਤਾਂ ਸੈਟਿਸਫਾਈਡ ਹੋ ਸਕਦੇ ਨੇ ਪਰ ਕਈ ਨਹੀਂ ਵੀ ਹੋ ਸਕਦੇ ਨੇ, ਕਿਉਂਕਿ ਜੇਕਰ ਫਿਲਮ ਦੀ ਕਹਾਣੀ ਉਸਦੀ ਟੈਗਲਾਈਨ ਨੂੰ ਹੀ ਜਸਟੀਫਾਈ ਨਾ ਕਰੇ ਤਾਂ ਅਫਸੋਸ ਹੁੰਦਾ। ਇਸ ਫਿਲਮ ਦੀ ਟੈਗਲਾਈਨ ਹੈ ਮੁੰਡਾ ਹੀ ਚਾਹੀਦਾ ਤਾਂ ਆਪ ਜੰਮ ਲਓ, ਜਿਸ ਨੂੰ ਸੁਣ ਕੇ ਇੱਕ ਕਿਉਰਿਓਸਿਟੀ ਹੋਈ ਸੀ ਕਿ ਇਸ ਫਿਲਮ ਦੇ ਵਿੱਚ ਕੀ ਦਿਖਾਇਆ ਜਾਏਗਾ ਅਤੇ ਜੋ ਫਿਲਮ ਦੇ ਵਿੱਚ ਦਿਖਾਇਆ ਗਿਆ ਉਹ ਚੰਗੇ ਤਰੀਕੇ ਦੇ ਨਾਲ ਮਹਿਸੂਸ ਹੀ ਨਹੀਂ ਹੋ ਪਾਇਆ, ਜਿਸ ਦੇ ਬਾਰੇ ਅਸੀਂ ਜ਼ਿਆਦਾ ਤਾਂ ਨਹੀਂ ਦੱਸ ਸਕਦੇ ਕਿਉਂਕਿ ਸ਼ਾਇਦ ਕਹਾਣੀ ਰਿਵੀਲ ਹੋ ਜਾਏਗੀ। ਪਰ ਇੱਕ ਐਗਜ਼ਾਮਪਲ ਜ਼ਰੂਰ ਦੇ ਸਕਦੇ ਹਾਂ ਕਿ ਜੇ ਕਿਸੇ ਵੀ ਤਰੀਕੇ ਦੇ ਨਾਲ ਪ੍ਰੈਗਨੈਂਟ ਹੋ ਹੀ ਗਏ ਸੀ ਤਾਂ ਉਸ ਵੇਲੇ ਦਾ ਦਰਦ ਅਤੇ ਉਸ ਵੇਲੇ ਦੀ ਮੁਸ਼ਕਿਲਾਂ ਨੂੰ ਘੱਟੋ ਘੱਟ ਸਕਰੀਨ ਦੇ ਉੱਤੇ ਦਿਖਾਉਣਾ ਤਾਂ ਚਾਹੀਦਾ ਸੀ। ਟੈਕਨੀਕਲੀ ਗੱਲ ਕਰੀਏ ਤਾਂ ਸਿਨੇਮੈਟੋਗ੍ਰਾਫੀ ਦੇ ਵਿੱਚ ਜ਼ਿਆਦਾ ਐਕਸਪੈਰੀਮੈਂਟਸ ਨਹੀਂ ਕੀਤੇ ਗਏ, ਬਲਕਿ ਬੇਸਿਕ ਕੈਮਰਾ ਵਰਕ ਨਜ਼ਰ ਆਇਆ ਜਿਵੇਂ ਕਿ ਫਿਕਸਡ ਬਲੌਕ ਦੇ ਉੱਤੇ ਹੀ ਜ਼ਿਆਦਾਤਰ ਫਿਲਮ ਨੂੰ ਸ਼ੂਟ ਕੀਤਾ ਗਿਆ। ਅਤੇ ਇਸ ਤੋਂ ਇਲਾਵਾ ਸਕਰੀਨ ਪਲੇ ਅਤੇ ਡਾਇਰੈਕਸ਼ਨ 'ਤੇ ਫਿਲਮ ਨੂੰ ਹੋਰ ਵਧੀਆ ਬਣਾਇਆ ਜਾ ਸਕਦਾ ਸੀ। ਪਰ ਗੱਲ ਕਰੀਏ ਆਰਟ ਡਾਇਰੈਕਸ਼ਨ ਅਤੇ ਕੋਸਟਿਊਮ ਡਿਜ਼ਾਈਨਿੰਗ ਦੀ, ਉਸ ਦੇ ਉੱਤੇ ਬਰੀਕੀ ਨਾਲ ਧਿਆਨ ਦਿੱਤਾ ਗਿਆ ਜਿਸ ਰਾਹੀਂ ਮਿਡਲ ਕਲਾਸ ਫੈਮਿਲੀ ਦੇ ਰਹਿਣ ਸਹਿਣ ਨੂੰ ਚੰਗੇ ਤਰੀਕੇ ਨਾਲ ਦਿਖਾਇਆ ਗਿਆ। ਦਾ ਫਿਲਮਸ ਵੱਲੋਂ ਅਸੀਂ ਮੁੰਡਾ ਹੀ ਚਾਹੀਦਾ ਫਿਲਮ ਨੂੰ ਦੇਵਾਂਗੇ 3 ਸਟਾਰਸ। ਤੁਹਾਡਾ ਇਸ ਫਿਲਮ ਦੇ ਬਾਰੇ ਕੀ ਕਹਿਣਾ ਹੈ ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਅਸੀਂ ਤੁਹਾਨੂੰ ਮਿਲਾਂਗੇ ਨਵੀਂ ਫਿਲਮ ਦੇ ਰਿਵਿਊ ਦੇ ਨਾਲ। ਸਤਿ ਸ਼੍ਰੀ ਅਕਾਲ। Thank you.